ਅਸਲ 'ਚ ਮੈਂ ਲੋਕਾਂ ਨਾਲ ਲੜਦੇ ਦੇਖੇ ਹੈ, ਪਰ ਇੱਥੇ ਹੁਣ ਲੜਾਈ ਲੋਕਾਂ ਨਾਲੋਂ ਹਟ ਕੇ ਪਰਮੇਸ਼ੁਰ ਨਾਲ ਸ਼ੁਰੂ ਹੋ ਗਈ। ਹੁਣ ਪਰਮੇਸ਼ੁਰ ਦਾ ਘਰ ਢਾਉਣ ਲਈ ਲੜਾਈ ਸ਼ੁਰੂ ਹੋ ਗਈ। ਮੈਂ ਇੱਕ ਬੇਨਤੀ ਕਰਾਂ, ਜਦੋਂ ਕਿਤੇ ਕਾਰ ਸੇਵਾ ਦਾ ਅਸਲ 'ਚ ਡੈਫੀਨੇਸ਼ਨ ਕੀ ਹੈ, ਜਦੋਂ ਕਾਰ ਸੇਵਾ ਸ਼ੁਰੂ ਹੁੰਦੀ ਹੈ ਤਾਂ ਉਸ ਸ਼ਹਿਰ ਦੇ ਲੋਕ ਬਹੁਤ ਚਾਅ ਨਾਲ ਕਾਰ ਸੇਵਾ ਸ਼ੁਰੂ ਕਰਦੇ ਹੈ। ਪਰ ਇੱਥੇ ਕੀ ਹੋਇਆ, ਅੱਧੀ ਰਾਤ ਨੂੰ ਦਰਸ਼ਨੀ ਡਿਓੜੀ ਦੇਖੋ ਕਿੰਨੀ ਸੁੰਦਰ ਇਮਾਰਤ ਹੈ, ਇਹਨੂੰ ਅੱਧੀ ਰਾਤ ਢਾਉਣ ਦੀ ਲੋੜ ਕਿਉਂ ਪਈ, ਕੀ ਲਾਲਚ ਹੈ, ਕਿਉਂ ਇਸ ਦਰਸ਼ਨੀ ਅਤਿ ਸੁੰਦਰ ਬਣੀ ਹੋਈ, ਕਿੰਨੀ ਕਲਾਕਾਰੀ ਨਾਲ ਬਣੀ ਹੋਈ ਹੈ, ਕਿੰਨੀ ਇਹਦੇ 'ਤੇ ਬਰੀਕ ਕਲਾਕਾਰੀ ਕੀਤੀ ਗਈ ਹੈ, ਇਹਨੂੰ ਅੱਧੀ ਰਾਤ ਢਾਉਣ ਦੀ ਲੋੜ ਕਿਉਂ ਪਈ। ਫਿਰ ਦੇਖੋ ਦੋ ਗੱਲਾਂ ਨੇ, ਇੱਕ ਪਾਸੇ ਢਾਉਣ ਵਾਲੇ, ਇੱਕ ਪਾਸੇ ਢਵਾਉਣ ਵਾਲੇ, ਅਤੇ ਨਾਲ ਰਲੇ ਹੋਏ ਅਗਲੇ ਦਿਨ ਮਾਫ਼ੀ ਮੰਗਣ ਵਾਲੇ। ਲਓ ਮੈਂ ਤੁਹਾਨੂੰ ਆਹ ਫੋਟੋ ਦਿਖਾਉਣਾ, ਆਹ ਹੀ ਬੰਦੇ ਹੱਥ 'ਚ ਹਥੌੜੇ ਫੜ ਕੇ ਖੜੇ ਆ, ਆਹ ਫੌਰ ਕਰੇ ਦੇਖੋ। ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਕਾਰ ਸੇਵਾ ਨਹੀਂ, ਅਸਲ ਵਿੱਚ ਬਿਲਡਿੰਗ ਬਣਨੀ ਹੈ, ਮਟੀਰੀਅਲ ਸੰਗਤ ਨੇ ਦੇਣਾ, ਕਾਰ ਸੇਵਾ ਸੰਗਤ ਨੇ ਕਰਨੀ ਹੈ। ਪਰ ਜਿਹੜੇ ਕਿਤਾਬ 'ਚ ਪੈਸੇ ਰੱਖੇ ਆ ਵੀ ਇੰਨੇ ਕਰੋੜ ਰੁਪਈਏ ਬਿਲਡਿੰਗਾਂ ਬਣਾਉਣ ਲਈ ਰੱਖੇ ਆ, ਉਹ ਜਿਹੜੇ ਪੈਸੇ ਹੈ ਉਹ ਕਿਤੇ ਨਾ ਕਿਤੇ ਪਾਏ ਜਾਣੇ ਆ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ, ਔਰ ਮੈਂ ਜਦੋਂ ਤੋਂ ਬਣਿਆ ਬਹੁਤ ਸਾਰੇ ਮੈਂਬਰ, ਮੈਂ ਕਹਿੰਦਾ ਜੇ ਮੈਂ ਆਹ ਕਹਿ ਦਿਆਂ ਕਿ ਸਾਰੇ ਹੀ ਮੈਂਬਰ, ਕੋਈ DATA ਨਹੀਂ ਲੈਂਦਾ। ਪਿਛਲੇ ਬਜਟ 'ਚ 5 ਲੱਖ ਰੱਖਿਆ ਸੀ ਪਰ 80-85 ਲੱਖ ਖਰਚਿਆ ਗਿਆ, ਬਈ ਕਿੱਥੇ ਗਿਆ, ਆਪਣੇ ਚਹੇਤੇ ਖੁਸ਼ ਕਰਤੇ ਉਹ 523-24 ਗਰੀਬ ਜਿਹੜੇ ਆ ਉਹ ਕੱਢ ਦਿੱਤੇ, ਪਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵੱਡੀਆਂ ਵੱਡੀਆਂ ਪੋਸਟਾਂ, ਯਕਦਮ ਤਰੱਕੀਆਂ। ਮੈਂ ਕੁਛ ਕਹਿਣਾ ਚਾਹੁੰਦਾ ਕਿ ਆਹ ਜਿਹੜਾ ਤੇਰ ਮਿਹਰਵਾਦ ਆ ਉਹ ਗੁਰੂ ਦੇ ਘਰ 'ਚ ਨਹੀਂ ਹੋਣਾ ਚਾਹੀਦਾ, ਉਹਨੂੰ ਗੁਰੂ ਦੇ ਸਿਧਾਂਤ ਅਨੁਸਾਰ। ਮੈਂ ਲੌਂਗੋਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਲੌਂਗੋਵਾਲ ਸਾਹਿਬ, ਆਹ ਜਿਹੜਾ ਤੁਸੀਂ ਹਨੇਰੇ 'ਚ ਕਰਨਾ ਚਾਹੁੰਦੇ ਹੋ ਇਹਨੂੰ ਦਿਨੇ ਕਰੋ, ਇਹਨੂੰ ਸਿੱਖ ਸੰਗਤ ਨੂੰ ਨਾਲ ਲੈ ਕੇ ਕਰੋ। ਜੇ ਸੰਗਤ ਸਮਝਦੀ ਹੈ ਕਿ ਬਿਲਡਿੰਗ ਕੰਡਮ ਆ ਤਾਂ ਸੰਗਤ ਕਹੂਗੀ ਜੀ ਡਿੱਗਣ ਵਾਲੀ ਹੈ, ਇਹਨੂੰ ਦੁਬਾਰਾ ਤਾਮੀਰ ਕਰੋ। ਮੈਂ ਤਾਂ ਜੀ ਮੰਗ ਕਰਦਾ ਕਿ ਇਹਦੀ ਚੰਗੇ ਢੰਗ ਨਾਲ ਦੁਬਾਰਾ ਤੋਂ ਜਿੰਨਾ ਪੋਰਸ਼ਨ ਢਾਇਆ ਗਿਆ ਉਹਦੀ ਚੰਗੇ ਢੰਗ ਨਾਲ ਉਹੋ ਜਿਹੀ ਬਣਤਰ ਬਣਾ ਕੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕਾਰ ਸੇਵਾ ਬਹੁਤ ਥੋੜ੍ਹੀਆਂ ਸੰਗਤਾਂ ਜਿਹੜੀਆਂ ਕਾਰ ਸੇਵਾ ਕਰਦੀਆਂ, ਅਤੇ ਸਾਰੇ ਹੀ ਸਿੱਖ ਉਹਨਾਂ ਨੂੰ ਪਰ ਸਹਿਯੋਗ ਜ਼ਰੂਰ ਕਰਦੇ ਆ, ਪਰ ਐਸੀ ਕੀ ਨੌਬਤ ਆ ਗਈ ਕਿ ਉਸੇ ਬਾਬੇ ਤੋਂ ਕਰਾਉਣਾ, ਕੀ ਸ਼੍ਰੋਮਣੀ ਕਮੇਟੀ ਦੇ ਕਹੇ 'ਤੇ ਕੋਈ ਸਿੰਘ ਇਹਨੂੰ ਤਿਆਰ ਨਹੀਂ ਕਰ ਸਕਦਾ, ਕਰ ਸਕਦੇ ਹੈ। ਆਹੀ ਹਾਲਤ ਐਸੀ ਵੀ ਹੈ ਕਿ ਇੱਕ CA ਰੱਖ ਲਿਆ, ਚਾਰਟਰਡ ਅਕਾਊਂਟੈਂਟ ਰੱਖਿਆ, ਉਹ ਪਿਛਲੀ ਤੋਂ ਪਿਛਲੀ ਸਦਨ ਨੇ ਸਾਰੇ ਹਾਊਸ ਨੇ ਉਹਨੂੰ ਬਰਖਾਸਤ ਕਰਤਾ ਵੀ ਇਹਨੂੰ ਨੌਕਰੀ ਤੋਂ ਫਾਰਗ ਕਰ ਦਿਓ। ਹਾਊਸ ਤੋਂ ਵੱਡਾ ਕੋਈ ਹੁੰਦਾ, ਜਦੋਂ ਹਾਊਸ ਤੋਂ ਬਾਹਰ ਆਏ ਆ ਜੇ ਬੰਦੇ ਆਪਣੇ ਘਰਾਂ 'ਚ ਨਹੀਂ ਸੀ ਪਹੁੰਚੇ ਤਾਂ ਉਹ ਚਾਰਟਰ ਅਕਾਊਂਟ ਸਾਹਿਬ ਬਹਾਲ ਹੋ ਗਏ। ਬਈ ਹਾਊਸ ਨਾਲੋਂ ਵੱਡੀ ਤਾਕਤ ਕਿਹੜੀ ਹੈ ਜਿਹੜੀ ਉਹਨੂੰ ਹਾਊਸ ਸਸਪੈਂਡ ਕਰਦਾ, ਹਾਊਸ ਉਹਨੂੰ ਘਰ ਨੂੰ ਤੋਰਦਾ, ਉਹ ਬਹਾਲ ਹੋ ਜਾਂਦਾ। ਇਹਦਾ ਮਤਲਬ ਕਿਤੇ ਨਾ ਕਿਤੇ ਇੱਕ ਗਰੁੱਪ ਆ ਜਿਹੜਾ ਸੰਗਤ ਦੇ ਪੈਸਿਆਂ ਨੂੰ ਮਿਸਯੂਜ਼ ਕਰਨਾ ਚਾਹੁੰਦਾ, ਅਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ।